ਮਾਰਨਿੰਗ ਸਲਾਈਡ ਪਿਆਰੇ ਬੱਚਿਓ, ਅੱਜ ਮਿਤੀ 20 ਅਗਸਤ 2024, ਦਿਨ ਮੰਗਲਵਾਰ, ਜਿਸ ਨੂੰ ਆਪਾਂ ਅੰਗਰੇਜ਼ੀ ਵਿੱਚ ਟਿਊਜ਼ਡੇ ਕਹਿੰਦੇ ਹਾਂ, TUESDAY ਟਿਊਜ਼ਡੇ। ਆਓ ਕਰਦੇ ਹਾਂ ਅੱਜ ਦਾ ਵਿਚਾਰ। ਚੰਗੇ ਸਲੀਕੇ ਵਾਲਾ ਵਿਅਕਤੀ ਸਭ ਨੂੰ ਚੰਗਾ ਲੱਗਦਾ ਹੈ। ਪਿਆਰੇ ਬੱਚਿਓ, ਚੰਗੇ ਸਲੀਕੇ ਤੋਂ ਭਾਵ ਚੰਗਾ ਵਿਵਹਾਰ। ਅਸੀਂ ਕਿਸ ਤਰ੍ਹਾਂ ਦੂਸਰਿਆਂ ਨਾਲ ਗੱਲਬਾਤ ਕਰਦੇ ਹਾਂ, ਕਿਸ ਤਰ੍ਹਾਂ ਉਹਨਾਂ ਨਾਲ ਰਹਿੰਦੇ ਹਾਂ, ਕਿਸ ਤਰ੍ਹਾਂ ਉਹਨਾਂ ਨਾਲ ਵਿਵਹਾਰ ਕਰਦੇ ਹਾਂ। ਬੱਚਿਓ, ਜੇਕਰ ਸਾਡਾ ਸੁਭਾਅ, ਸਾਡਾ ਸਲੀਕਾ, ਸਾਡਾ ਬਿਹੇਵੀਅਰ ਚੰਗਾ ਹੋਵੇਗਾ ਤਾਂ ਹਰ ਕੋਈ ਸਾਨੂੰ ਪਸੰਦ ਕਰੇਗਾ। ਬੱਚਿਓ, ਸੁੰਦਰ ਹੋਣ ਦੇ ਨਾਲ ਨਾਲ ਸਾਨੂੰ ਸੁਭਾਅ, ਵਿਵਹਾਰ ਜਾਂ ਬਿਹੇਵੀਅਰ ਦੇ ਪੱਖੋਂ ਵੀ ਵਧੀਆ ਹੋਣਾ ਚਾਹੀਦਾ ਹੈ। ਬੱਚਿਓ, ਹਰੇਕ ਉਹ ਵਿਅਕਤੀ ਜਿਸ ਦਾ ਵਿਵਹਾਰ, ਜਿਸ ਦਾ ਬਿਹੇਵੀਅਰ, ਜਿਸ ਦਾ ਚਾਲ ਚਲਨ ਜਾਂ ਦੂਸਰਿਆਂ ਨਾਲ ਕਿਸ ਤਰ੍ਹਾਂ ਗੱਲਬਾਤ ਕਰਨੀ ਹੈ, ਦੂਸਰਿਆਂ ਨਾਲ ਕਿਸ ਤਰ੍ਹਾਂ ਰਹਿਣਾ ਹੈ, ਇਹ ਸਭ ਸਾਡੇ ਸਲੀਕੇ ਦਾ ਹੀ ਹਿੱਸਾ ਹੈ। ਜੇਕਰ ਇਹ ਸਭ ਸਾਡਾ ਬਹੁਤ ਹੀ ਵਧੀਆ, ਬਹੁਤ ਹੀ ਚੰਗਾ ਹੋਵੇਗਾ ਤਾਂ ਹਰ ਕੋਈ ਪਸੰਦ ਕਰੇਗਾ ਕਿ ਅਸੀਂ ਉਸ ਵਿਅਕਤੀ ਦੇ ਨਾਲ ਰਹੀਏ, ਉਸ ਵਿਅਕਤੀ ਕੋਲ ਬੈਠੀਏ, ਉਸ ਨਾਲ ਗੱਲਬਾਤ ਕਰੀਏ। ਬੱਚਿਓ, ਜਿਸ ਵੀ ਵਿਅਕਤੀ ਦਾ ਵਿਵਹਾਰ ਚੰਗਾ ਨਹੀਂ ਹੁੰਦਾ ਜਾਂ ਕੋਈ ਕੜਵੇ ਬੋਲ ਬੋਲਦਾ ਹੈ ਜਾਂ ਦੂਸਰਿਆਂ ਨੂੰ ਹਰਟ ਕਰਦਾ ਹੈ, ਉਸ ਦੀ ਕੰਪਨੀ ਕਰਨ ਲਈ ਕੋਈ ਵੀ ਸਹਿਮਤ ਨਹੀਂ ਹੁੰਦਾ, ਕੋਈ ਨਹੀਂ ਚਾਹੁੰਦਾ ਕਿ ਅਸੀਂ ਉਸ ਵਿਅਕਤੀ ਕੋਲ ਰਹੀਏ। ਸੋ ਬੱਚਿਓ, ਸਰੀਰਕ ਤੌਰ 'ਤੇ ਸੁੰਦਰ ਹੋਣ ਦੇ ਨਾਲ ਨਾਲ ਆਪਣੇ ਵਿਵਹਾਰ ਨੂੰ ਵੀ ਸੁੰਦਰ ਬਣਾਉਣਾ ਹੈ। ਦੂਸਰਿਆਂ ਦੀਆਂ ਫੀਲਿੰਗਸ ਨੂੰ ਸਮਝਣਾ ਹੈ ਅਤੇ ਹਮੇਸ਼ਾ ਖਿਆਲ ਰੱਖਣਾ ਹੈ ਕਿ ਸਾਡੇ ਕੰਮ, ਸਾਡੇ ਕਰਮ ਜਾਂ ਸਾਡੇ ਬੋਲਾਂ ਦੁਆਰਾ ਕਦੇ ਵੀ ਕਿਸੇ ਨੂੰ ਕੁਝ ਹਰਟ ਨਾ ਹੋਵੇ। ਸੋ ਬੱਚਿਓ, ਚੰਗੇ ਸੁਭਾਅ, ਚੰਗੇ ਬਿਹੇਵੀਅਰ ਵਾਲੇ ਹਰੇਕ ਵਿਅਕਤੀ ਨੂੰ ਹਰ ਕੋਈ ਪਸੰਦ ਕਰਦਾ ਹੈ। ਸੋ ਬੱਚਿਓ, ਜ਼ਿੰਦਗੀ ਵਿੱਚ ਦੂਸਰਿਆਂ ਨਾਲ ਵਧੀਆ ਤਰ੍ਹਾਂ ਰਹਿਣਾ, ਦੂਸਰਿਆਂ ਦੇ ਕੰਮ ਆਉਣਾ, ਦੂਸਰਿਆਂ ਦੀਆਂ ਲੋੜ ਪੂਰੀ ਕਰਨ ਵਿੱਚ ਹੈਲਪ ਕਰਨਾ, ਜੇਕਰ ਤੁਹਾਡਾ ਬਿਹੇਵੀਅਰ, ਤੁਹਾਡਾ ਸੁਭਾਅ ਵਧੀਆ ਹੋਵੇਗਾ ਤਾਂ ਹਰ ਕੋਈ ਤੁਹਾਨੂੰ ਲਾਈਕ ਕਰੇਗਾ। ਆਓ ਕਰਦੇ ਹਾਂ ਗਿਆਨ ਵਿਗਿਆਨ। ਭਾਰਤ ਵਿੱਚ ਕਿੰਨੇ ਰਾਜ ਹਨ? ਬੱਚਿਓ, ਭਾਰਤ ਦੇ ਵਿੱਚ 28 ਰਾਜ ਹਨ। ਕਿਹੜੇ ਸ਼ਹਿਰ ਨੂੰ ਗੁਲਾਬੀ ਸ਼ਹਿਰ ਵੀ ਕਿਹਾ ਜਾਂਦਾ ਹੈ? ਜੈਪੁਰ ਨੂੰ ਗੁਲਾਬੀ ਸ਼ਹਿਰ ਕਿਹਾ ਜਾਂਦਾ ਹੈ। ਜਿਹੜੀ ਗ੍ਰਹਿ 'ਤੇ ਅਸੀਂ ਰਹਿੰਦੇ ਹਾਂ ਉਸਦਾ ਨਾਮ ਦੱਸੋ। ਬੱਚਿਓ, ਅਸੀਂ ਪ੍ਰਿਥਵੀ 'ਤੇ ਰਹਿੰਦੇ ਹਾਂ ਅਤੇ ਇਹ ਵੀ ਇੱਕ ਗ੍ਰਹਿ ਹੈ। ਜਦੋਂ ਮਿੰਟਾਂ ਅਤੇ ਘੰਟਿਆਂ ਵਾਲੀਆਂ ਦੋਵੇਂ ਸੂਈਆਂ 12 'ਤੇ ਹੋਣ ਤਾਂ ਸਮਾਂ ਕੀ ਹੋਵੇਗਾ? ਬੱਚਿਓ, ਜਦੋਂ ਮਿੰਟਾਂ ਅਤੇ ਘੰਟਿਆਂ ਵਾਲੀ ਸੂਈ 12 'ਤੇ ਹੋਵੇਗੀ ਤਾਂ 12 ਵੱਜਣਗੇ। ਮਨੁੱਖੀ ਸਰੀਰ ਵਿੱਚ ਕਿੰਨੀਆਂ ਹੱਡੀਆਂ ਹੁੰਦੀਆਂ ਹਨ? ਬੱਚਿਓ, ਮਨੁੱਖੀ ਸਰੀਰ ਦੇ ਵਿੱਚ 206 ਹੱਡੀਆਂ ਹੁੰਦੀਆਂ ਹਨ। ਆਓ ਬੁਝੀਏ ਜਾਂ ਅੱਜ ਦੀ ਬੁਝਾਰਤ। ਬਾਰਿਸ਼ ਤੋਂ ਬਾਅਦ ਆਵਾਂ, ਸਤਰੰਗਾ ਝੰਡਾ ਫਹਿਰਾਵਾਂ। ਪਿਆਰੇ ਬੱਚਿਓ, ਜੋ ਅੱਜ ਦੀ ਬੁਝਾਰਤ ਹੈ ਉਸਦਾ ਉੱਤਰ ਹੈ ਸਤਰੰਗੀ ਪੀਂਗ। ਆਓ ਕਰਦੇ ਹਾਂ ਵਰਡਸ ਫਾਰ ਪ੍ਰੈਕਟਿਸ। ਫਸਟ ਵਰਡ ਇਜ਼ ਚਾਕ, CHALK, ਚਾਕ। ਚਾਕ ਮੀਨਸ ਚਾਕ। ਸ਼ਾਕ, SHARK, ਸ਼ਾਕ। ਸ਼ਾਕ ਬੱਚਿਓ ਮੱਛੀ ਨੂੰ ਕਹਿੰਦੇ ਹਾਂ। ਫੋਨ, PHONE, ਫੋਨ। ਬੱਚਿਓ ਫੋਨ ਮੀਨਸ ਫੋਨ ਜਾਂ ਮੋਬਾਈਲ। ਥੰਬਸ, ਥੰਬ, THUMB, ਥੰਬ। ਥੰਬ ਮਤਲਬ ਬੱਚਿਓ ਅੰਗੂਠਾ।
watch 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 means ਘੜੀ। ਪਿਆਰੇ ਬੱਚਿਓ, ਇਹ ਸੀ ਅੱਜ ਦੀ ਮੋਰਨਿੰਗ ਸਲਾਈਡ। ਆਸ ਕਰਦਾ ਹਾਂ ਕਿ ਜੋ ਵੀ ਅੱਜ ਤੁਸੀਂ ਸੁਣਿਆ ਹੈ ਉਸ ਨੂੰ ਰਿਵਾਈਜ਼ ਕਰੋਗੇ ਅਤੇ ਆਪਣੇ ਗਿਆਨ ਦੇ ਵਿੱਚ ਵਾਧਾ ਕਰਦੇ ਰਹੋਗੇ। ਥੈਂਕ ਯੂ ਬੇਟਾ ਜੀ।